फ्रंटलाइन पंजाब देख रहे दर्शकों ਦਾ ਸਵਾਗਤ ਹੈ ਦੋਸਤੋ ਤੁਹਾਡੇ ਲਈ ਵੱਡੀ ਖਬਰ ਇਸ ਵੇਲੇ ਦੀ ਲੈ ਕੇ حاضر ਹੋ ਰਹੇ ਹਾਂ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਸਾਰੇ ਦੇਸ਼ ਵਿੱਚ ਲਗਾਤਾਰ جاری ਹੈ ਸੂਬੇ ਦੀਆਂ ਸਰਕਾਰਾਂ ਲਗਾਤਾਰ ਸਖਤ ਫੈਸਲੇ ਲੈ ਰਹੀਆਂ ਹਨ ਇਸੇ ਦੌਰਾਨ ਬਿਹਾਰ ਤੋਂ ਵੱਡੀ ਖਬਰ ਆ ਰਹੀ ਹੈ ਜੀ ਬਿਹਾਰ ਦੀ ਨੀਤੀ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਹੈ ਬਿਹਾਰ ਚ 25 ਮਈ ਤੱਕ ਲਾਕਡਾਊਨ ਨੂੰ ਵਧਾ ਦਿੱਤਾ ਗਿਆ ਹੈ ਬਿਹਾਰ ਵਿੱਚ ਲਾਕਡਾਊਨ ਹੁਣ 25 ਮਈ ਤੱਕ ਵਧਾ ਦਿੱਤਾ ਗਿਆ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਐਲਾਨ ਕਰਦੇ ਹੋਏ ਕਿਹਾ ਕਿ ਲਾਕਡਾਊਨ ਕੋਰੋਨਾ ਨੂੰ ਰੋਕਣ ਵਿੱਚ ਸਕਾਰਾਤਮਕ ਪ੍ਰਭਾਵ ਆ ਰਿਹਾ ਹੈ ਜਿਸ ਕਾਰਨ ਇਸ ਲਾਕਡਾਊਨ ਨੂੰ 10 ਦਿਨਾਂ ਜਾਨੀ 16 ਤੋਂ 25 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਦੌਰਾਨ ਲਾਕਡਾਊਨ ਦੇ ਪਹਿਲਾਂ ਵਾਲੇ ਨਿਯਮ ਲਾਗੂ ਰਹਿਣਗੇ ਕਰੋਨਾ ਦੀ ਦੂਜੀ ਲਹਿਰ ਤੋਂ ਹਨ ਬਿਹਾਰ ਸਰਕਾਰ ਨੇ ਪਟਨਾ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ 5 ਮਈ ਤੋਂ 10 ਦਿਨਾਂ ਲਈ ਲੋਕਡਾਊਨ ਦਾ ਐਲਾਨ ਕੀਤਾ ਸੀ ਇਸ ਦੀ ਮਿਆਦ 15 ਮਈ ਨੂੰ ਖਤਮ ਹੋਣ ਵਾਲੀ ਹੈ ਹੁਣ ਇੱਕ ਵਾਰ ਫਿਰ ਨਿਤਿਸ਼ ਸਰਕਾਰ ਨੇ ਲੋਕਡਾਊਨ ਨੂੰ 10 ਦਿਨਾਂ ਲਈ ਵਧਾਉਣ ਦਾ ਫੈਸਲਾ ਕਰ ਲਿਆ ਹੈ ਹੁਣ ਸਾਰੀਆਂ ਪਾਬੰਦੀਆਂ 25 ਮਈ ਤੱਕ ਲਾਗੂ ਰਹਿਣਗੀਆਂ ਮਹੱਤਵਪੂਰਨ ਗੱਲ ਇਹ ਹੈ ਕਿ ਬਿਹਾਰ ਵਿੱਚ ਕੋਰੋਨਾ ਦੀ ਰਫ਼ਤਾਰ ਨੂੰ ਕਾਬੂ ਕਰਨ ਲਈ ਲੋਕਡਾਊਨ ਬਹੁਤ ਮਦਦਗਾਰ ਸਾਬਤ ਹੋ ਰਿਹਾ ਹੈ ਲੋਕਡਾਊਨ ਤੋਂ ਬਾਅਦ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਘਟ ਗਈ ਹੈ ਰਿਕਵਰੀ ਦੀ ਦਰ ਵਧੀ ਹੈ ਕਿਉਂਕਿ ਲਾਗ ਦੀ ਦਰ ਘਟ ਗਈ ਹੈ ਕਈ ਹਫ਼ਤਿਆਂ ਬਾਅਦ ਬੁੱਧਵਾਰ ਨੂੰ ਨਵੇਂ ਸਕਰਮਿਤ ਲੋਕਾਂ ਦੀ ਗਿਣਤੀ 1000 ਬਿਹਾਰ ਵਿੱਚ ਬੁੱਧਵਾਰ ਨੂੰ ਕਰੋਨਾ ਦੇ 10000 ਤੋਂ ਵੀ ਘੱਟ ਨਵੇਂ ਮਰੀਜ਼ ਪਾਏ ਗਏ ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੀ ਲਾਗ ਨੇ ਯਕੀਨਨ 74 ਲੋਕਾਂ ਦੀ ਜਾਨ ਲੈ ਲਈ ਇਹ ਮਾਣ ਵਾਲੀ ਗੱਲ ਹੈ ਕਿ 23 ਦਿਨਾਂ ਬਾਅਦ ਰਾਜ ਵਿੱਚ 10000 ਤੋਂ ਵੀ ਘੱਟ ਸਰਗਰਮਿਤ ਲੋਕ ਪਾਏ ਗਏ ਹਨ ਜਦਕਿ 12265 ਲੋਕ ਵੀ ਤੰਦਰੁਸਤ ਹੋ ਗਏ ਹਨ ਐਕਟਿਵ ਕੇਸਾਂ ਦੀ ਗਿਣਤੀ 1 ਲੱਖ ਹੋ ਗਈ ਹੈ ਰਾਜ ਵਿੱਚ ਹੁਣ 99623 ਦੇ ਸਰਗਰਮ ਕੇਸ ਹਨ ਤਾਂ ਦੋਸਤੋ ਵੱਡੀ ਖਬਰ ਆ ਰਹੀ ਹੈ ਇਸ ਵੇਲੇ ਦੀ ਬਿਹਾਰ ਤੋਂ ਬਿਹਾਰ ਸਰਕਾਰ ਨੇ ਲੋਕਡਾਊਨ ਨੂੰ ਜਿਹੜਾ 10 ਦਿਨ ਤੱਕ ਵਧਾ ਦਿੱਤਾ ਹੈ ਮਤਲਬ ਹੁਣ ਲਾਕਡਾਊਨ ਜਿਹੜਾ 25 ਮਈ ਤੱਕ ਬਿਹਾਰ ਦੇ ਵਿੱਚ ਲਾਗੂ ਰਹੇਗਾ ਇਸ ਖਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਜਲਦੀ ਮਿਲਾਂਗੇ ਨਵੀਂ ਤੇ ਤਾਜ਼ਾ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ